ਲਗਾਤਾਰ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਵਾਲੇ ਸਮਾਜ ਸੇਵੀ ਵੀਰ ਗੁਰਭੇਜ ਸਿੰਘ ਧਾਰੀਵਾਲ ਨੇ ਇੱਕ ਵਾਰ ਫਿਰ ਦੋ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਆਨੰਦ ਕਾਰਜ ਗੁਰਦੁਆਰਾ ਧੰਨ ਧੰਨ ਬਾਬਾ ਸ਼ਰਨ ਦਾਸ ਧਾਰੀਵਾਲ ਵਿਖੇ ਕਰਵਾਏ ਗਏ। ਦੱਸਣਯੋਗ ਹੈ ਕਿ ਪਹਿਲਾਂ ਵੀ ਭਾਈ ਗੁਰਭੇਜ ਸਿੰਘ ਧਾਰੀਵਾਲ ਆਪਣੇ ਹੱਥੀਂ 11 ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰ ਚੁੱਕੇ ਹਨ। ਇਸ ਮੌਕੇ ਜਿੱਥੇ ਬਰਾਤ ਦੀ ਸੇਵਾ ਲਈ ਚਾਹ ਪਕੌੜੇ ਬਰਫੀ ਆਦਿ ਦੇ ਲੰਗਰ ਵੀ ਲਗਾਏ ਗਏ, ਉੱਥੇ ਹੀ ਬਾਬਾ ਗੁਰਸੇਵਕ ਸਿੰਘ ਦੀ ਨੰਨੇ ਮੁੰਨੇ ਬੱਚਿਆਂ ਦੀ ਗੱਤਕਾ ਟੀਮ ਨੇ ਆਈ ਬਰਾਤ ਨੂੰ ਗੱਤਕੇ ਦੇ ਚੰਗੇ ਜੋਹਰ ਵਿਖਾਏ ਗਏ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਈ ਗੁਰਭੇਜ ਸਿੰਘ ਧਾਰੀਵਾਲ ਨੇ ਕਿਹਾ ਕਿ ਇਹ ਸਭ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਇਹ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਹਰ ਇੱਕ ਜੀਵ ਨੂੰ ਰੋਜ਼ੀ ਰੋਟੀ ਦੇਣ ਵਾਲੇ ਵਾਹਿਗੁਰੂ ਜੀ ਆਪ ਹਨ। ਜਿੱਥੇ ਜਿੱਥੇ ਕਿਸੇ ਜੀਵ ਦਾ ਦਾਣਾ ਪਾਣੀ ਹੁੰਦਾ ਉਹ ਉੱਥੇ ਹੀ ਆ ਕੇ ਛਕ ਲੈਂਦਾ ਹੈ। ਇਸ ਮੌਕੇ ਭਾਈ ਗੁਰਭੇਜ ਸਿੰਘ ਧਾਰੀਵਾਲ ਦੇ ਪਰਿਵਾਰ ਅਤੇ ਆਏ ਹੋਏ ਆਗੂਆਂ ਵੱਲੋਂ ਨਵ ਵਿਆਹੀ ਜੋੜੀ ਨੂੰ ਸ਼ਗਨ ਦੇ ਕੇ ਵਿਦਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਦਲਵੀਰ ਉਦੋਕੇ, ਬਾਬਾ ਗੁਰਭੇਜ ਸਿੰਘ ਗ੍ਰੰਥੀ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਸੁਖਵੰਤ ਸਿੰਘ, ਬਾਬਾ ਹੁਕਮ ਸਿੰਘ, ਡਾਕਟਰ ਲਖਵਿੰਦਰ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਗੁਰਲਾਲ ਸਿੰਘ ਆੜਤੀਆ, ਬਾਬਾ ਹਰਭਜਨ ਸਿੰਘ, ਚਰਨਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ। ਮਾੜੀ ਉਦੋਕੇ ਤੋਂ ਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਮੇਹਰ ਪ੍ਰਿਆਤ ਰੱਖ ਕੇ ਗੁਰੂ ਸਾਹਿਬ ਜੀ ਸੇਵਾਵਾਂ ਲੈਂਦੇ ਰਹੇ ਹਨ। ਇਹ ਸਾਰੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਸਰਕਾਰ ਜੀ ਹੋ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਪਿੰਡ ਧਾਰੀਵਾਲ ਵਿਖੇ ਸਾਡੇ ਸਤਿਕਾਰਯੋਗ ਬਾਬਾ ਗੁਰਭੇਜ ਸਿੰਘ ਜੀ, ਜੋ ਹਰ ਮਹੀਨੇ ਦੀ ਤਰ੍ਹਾਂ ਹੀ ਬੱਚੀਆਂ ਲੋੜਵੰਦ ਬੱਚਿਆਂ ਦੀ ਸ਼ਾਦੀ, ਸੋ ਵਿਧਵਾ ਬੀਬੀਆਂ ਨੂੰ, ਲੋੜਵੰਦ ਪਰਿਵਾਰਾਂ ਨੂੰ ਸੌਦਾ, ਸੋ ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਦੋ ਬੱਚੀਆਂ ਦੇ ਆਨੰਦ ਕਾਰਜ ਵਿੱਚ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਛੇਤੀ ਮੇਰੇ ਪ੍ਰਾਥ ਰੱਖ ਕੇ ਸੇਵਾ ਬਾਬਾ ਜੀ ਤੋਂ ਲਈ ਹੈ। ਸੋ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਾਂਗੇ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਾਰੇ ਵਿਵੇਕ ਬੋਧੀ ਦਾਤਾਂ ਬਖਸ਼ ਕਰਨ ਅਤੇ ਸੇਵਾ ਕਰਦੇ ਰਹਿਣ। ਇੱਥੇ ਲੋੜਵੰਦ ਪਰਿਵਾਰਾਂ ਦੀ ਸਾਦੀ ਬਾਤ ਅਤੇ ਵਿਸ਼ੇਸ਼ ਸਹਿਯੋਗ ਹੈ। ਉੱਥੇ ਨਾਲ ਸਕੂਲਾਂ ਦੇ ਵਿੱਚ ਬਾਬਾ ਜੀ ਗੱਤਕੇ ਦੀਆਂ ਕਲਾਸਾਂ ਲਵਾ ਰਹੇ ਨੇ, ਜਿੱਥੇ ਬੱਚੇ ਸਿੱਖੀ ਦਾ ਸਿੱਖਣ, ਸਾਡੀਆਂ ਬੱਚੇ ਬੱਚੀਆਂ ਗੁਰਮਤ ਦੀਆਂ ਕਲਾਸਾਂ, ਸਿੱਖ ਦੀਆਂ ਕਲਾਸਾਂ ਲੈ ਕੇ ਗੁਰੂ ਭਾਈ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ। ਅਤੇ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰਨ ਦੇ ਸਾਰੇ ਪਰਿਵਾਰ ਨੂੰ ਸ੍ਰੀ ਕਾਂਤ ਰਿਸ਼ਤੀਆਂ ਬਖਸ਼ੀ ਕਰਨ ਦਾ ਅਰਦਾਸ ਕਰਦਾ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸੇਵਾਵਾਂ ਲੈਂਦੇ ਰਹਿਣ। ਸੋ ਸਾਰੀਆਂ ਗੁਰੂ ਕੇ ਸੰਗਤਾਂ ਪੁੱਜੀਆਂ, ਮਹਾਂਪੁਰਸ਼ ਰੱਬ ਦੇ ਪਿਆਰੇ ਧੰਨ ਧੰਨ ਮਹਾਂਪੁਰਸ਼ ਬਾਬਾ ਸ਼ਰਨਦਾਸ ਜੀ ਦੇ ਪਾਵਨ ਸ਼ਰਨਾਂ ਦੇ ਧੰਨ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮਹਾਨ ਕਿਰਪਾ, ਮਹਾਨ ਬਖਸ਼ਿਸ਼ ਹੋਈ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।